ਇਹ ਸਹੂਲਤਾਂ ਕਿਸੇ ਨੂੰ ਸਰਕਾਰੀ ਹਸਪਤਾਲ 'ਚੋਂ ਦਵਾਈ ਨਹੀਂ ਮਿਲਦੀ ਜੀ, ਸਰਕਾਰੀ ਸਕੂਲ 'ਚੋਂ ਪੜ੍ਹਾਈ ਨਹੀਂ ਮਿਲਦੀ। ਅਤੇ ਰੁਜ਼ਗਾਰ ਦੀ ਗੱਲ ਕਰੀਏ, ਰੁਜ਼ਗਾਰ ਦੀ ਗੱਲ ਕਰਕੇ ਤਾਂ ਜਮਾਂ ਹੀ ਜੀਰੋ ਆ ਜੀ। ਅਸੀਂ ਮੋਦੀ ਸਾਹਿਬ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਕਿ ਸਵਾਮੀਨਾਥਨ ਦੀ ਰਿਪੋਰਟ ਲਾਗੂ ਕੀਤੀ ਜਾਵੇ, ਜੋ ਕਿਸਾਨ ਖੁਦਕੁਸ਼ੀਆਂ ਕਰ ਰਹੇ ਆ ਉਹਨਾਂ ਨੂੰ ਕੁਝ ਰਾਹਤ ਮਿਲੇ, ਫਸਲ ਦਾ ਪੂਰਾ ਮੁੱਲ ਦਿੱਤਾ ਜਾਵੇ, ਠੇਕੇਦਾਰੀ ਸਿਸਟਮ ਵਿੱਚ ਜੋ ਘਪਲੇਬਾਜ਼ੀ ਹੋ ਰਹੀ ਆ ਉਹਨੂੰ ਬੰਦ ਕੀਤਾ ਜਾਵੇ, ਕਿਉਂਕਿ ਜ਼ਿਮੀਦਾਰ ਜਦੋਂ ਮੰਡੀ ਵਿੱਚ ਫਸਲ ਲੈ ਕੇ ਜਾਂਦਾ ਉਹਨੂੰ ਘੱਟ ਰੇਟ ਦਿੱਤਾ ਜਾਂਦਾ, ਉਹੀ ਠੇਕੇਦਾਰ ਵਿੱਚੋਂ ਖਰੀਦ ਕੇ ਮੁਨਾਫਾ ਵੱਧ ਕਮਾ ਰਹੇ ਆ, ਕਿਸਾਨ ਨਾਲ ਸਰਾਸਰ ਧੱਕਾ ਧੋਖਾ ਹੋ ਰਿਹਾ ਜੀ। ਕਹਿਣਾ ਚਾਹੁੰਦਾ ਕਿ 2014 ਦੇ ਨਰਿੰਦਰ ਮੋਦੀ ਨੇ ਵਾਅਦਾ ਕੀਤਾ ਸੀ 2 ਕਰੋੜ ਮੈਂ ਨੌਕਰੀਆਂ ਦੇਊਂਗਾ, 15 ਲੱਖ ਮੈਂ ਖਾਤੇ ਪਜਾਊਂਗਾ, ਉਹ ਨਾ 2 ਕਰੋੜ ਆਇਆ, ਨਾ ਨੌਕਰੀਆਂ ਮਿਲੀਆਂ, ਨਾ 15 ਲੱਖ ਖਾਤੇ ਪਜਾਇਆ, ਹੁਣ ਝੂਠ ਸਪਾਲ ਮਾਰ ਕੇ ਫਿਰ ਦੁਬਾਰੇ ਬਣ ਗਿਆ 2019। ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਮੋਦੀ ਸਾਹਿਬ ਨੂੰ ਕਹਿ ਜਾਂਦੇ ਹਾਂ ਵੀ 1-2 ਕਰੋੜ ਨੌਕਰੀਆਂ ਲੋਕਾਂ ਨੂੰ ਦੇਵੇ, ਲੋਕਾਂ ਦਾ ਵਿਕਾਸ ਕਰੇ, 15 ਲੱਖ ਰੁਪਏ ਖਾਤੇ ਪਾਵੇ, ਬੱਚਿਆਂ ਦੀ ਪੜ੍ਹਾਈ ਵੱਲ ਧਿਆਨ ਦੇਵੇ, ਸਰਕਾਰੀ ਸਕੂਲਾਂ ਵੱਲ, ਕਿ ਤਾਂ ਬੱਚੇ ਵੱਧ ਤੋਂ ਵੱਧ ਪੜ੍ਹਨ ਲਿਖਣ ਔਰ ਅੱਗੇ ਵਧਣ। ਦੇਖੋ ਜੀ, ਅਸੀਂ ਤਾਂ ਇਹਨਾਂ ਤੋਂ ਕੋਈ ਵੀ ਉਮੀਦਾਂ ਨਹੀਂ ਰੱਖਦੇ। ਜਿਹੜੀ ਸੈਂਟਰ ਦੇ ਵਿੱਚ ਮੋਦੀ ਦੀ ਸਰਕਾਰ ਬਣ ਜਾ ਰਹੀ ਆ, ਆਪਾਂ ਨੂੰ ਪਤਾ ਹੀ ਆ ਮੋਦੀ ਨੇ ਤਾਂ ਪਹਿਲਾਂ ਹੀ ਆਪਣੇ 'ਤੇ ਕਿੰਨੇ ਟੈਕਸ ਲਾਏ ਆ, ਗੱਬਰ ਟੈਕਸ ਲਾ ਤਾ, ਹੋਰ ਟੈਕਸ ਲਾ ਤੇ। ਜਿੱਦਾਂ ਹੁਣੇ ਮੈਂ ਦੇਖ ਰਿਹਾ ਸੀ ਫੋਨ 'ਤੇ ਇੱਕ ਖਬਰ ਆ ਰਹੀ ਆ ਹੁਣੇ ਕਿ ਜਿਹੜੇ ਕਹਿੰਦੇ ਆ ਜੀ 4 ਰੁਪਈਏ ਜਿਹੜਾ ਡੀਜ਼ਲ ਮਹਿੰਗਾ ਹੋ ਰਿਹਾ, ਅਤੇ ਸਰਕਾਰ ਬਣਦੇ ਸਾਰ ਹੀ ਮੇਰੇ ਹਿਸਾਬ ਨਾਲ ਉਹਨੇ ਜਿਹੜਾ ਆਪਦੇ ਸਰਕਾਰ ਨੇ ਰੰਗ ਦਿਖਾਉਣੇ ਆ ਉਹ ਸ਼ੁਰੂ ਕਰ ਦਿੱਤੇ ਆ। ਅਤੇ ਜੇ ਗੱਲ ਕਰੀਏ ਸਾਡੇ ਕਿਸਾਨ ਭਰਾਵਾਂ ਦੀ, ਤਾਂ ਮੈਨੂੰ ਲੱਗਦਾ ਕਿ ਜਿਹੜੀ ਸਰਕਾਰ ਬਣ ਰਹੀ ਆ ਵੀ ਸਾਨੂੰ ਕਿਸਾਨ ਭਰਾਵਾਂ ਨੂੰ ਤਾਂ ਇਹਨਾਂ ਤੋਂ ਕੋਈ ਉਮੀਦਾਂ ਹੀ ਆਉਣੀਆਂ। ਦੇਖੋ ਜੀ, ਅਕਸਰ ਇਹਨਾਂ ਨੇ ਪਹਿਲਾਂ ਵੀ 5 ਸਾਲ ਰਾਜ ਕੀਤਾ ਅਤੇ ਪਹਿਲਾਂ ਵੀ ਕਿਸਾਨ ਜਥੇਬੰਦੀਆਂ ਨੇ ਬਹੁਤ ਸਾਰੇ ਧਰਨੇ ਮੁਜ਼ਾਹਰੇ ਦਿੱਤੇ ਆ, ਅਤੇ ਜੇ ਗੱਲ ਕਰੀਏ ਉਦੋਂ ਨਹੀਂ ਇਹਨਾਂ ਨੇ ਕੋਈ ਰਿਪੋਰਟ ਲਾਗੂ ਕੀਤੀ, ਅਤੇ ਮੈਨੂੰ ਨਹੀਂ ਲੱਗਦਾ ਕਿ ਇਹ ਹੁਣ ਆਉਣ ਵਾਲੇ 5 ਸਾਲਾਂ ਦੇ ਵਿੱਚ ਉਹ ਕੋਈ ਰਿਪੋਰਟ ਲਾਗੂ ਕਰਨਗੇ, ਕਿ ਕੋਈ ਸਾਨੂੰ ਇਹਨਾਂ ਤੋਂ ਕੋਈ ਬਹੁਤੀ ਜ਼ਿਆਦਾ ਆਸ ਉਮੀਦ ਹੈ ਨਹੀਂ ਜੀ। ਇਹ ਸਰਕਾਰ ਜ਼ਰੂਰ ਬਣੇ ਜੀ ਸਰਕਾਰ, ਪਰ ਜਿਹੜਾ ਸਾਡਾ ਮੁੱਖ ਉਦੇਸ਼ ਹੈ ਉਹ ਇਹ ਹੈ ਕਿ ਪਰਲ ਤੋਂ ਲੈ ਕਰਕੇ ਜਿੰਨੀਆਂ ਵੀ ਚਿੱਟ ਫੰਡ ਕੰਪਨੀਆਂ ਨੇ ਸਰਕਾਰ ਦੁਆਰਾ ਇਹਨਾਂ ਨੂੰ ਮਾਨਤਾ ਪ੍ਰਾਪਤ ਦਿੱਤੀ, ਸਰਕਾਰ ਦੁਆਰਾ ਇਹਨਾਂ ਨੂੰ ਰਜਿਸਟਰ ਕੀਤਾ ਗਿਆ ਸੀਗਾ, ਸਰਕਾਰ ਦੁਆਰਾ ਇਹਨਾਂ ਨੂੰ ਬੰਦ ਕੀਤਾ ਗਿਆ ਹੈ, ਕਿਰਪਾ ਕਰਕੇ ਮੋਦੀ ਸਾਹਿਬ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਸਾਰੇ ਦੇ ਸਾਰੇ ਪੈਸੇ ਵਿਆਜ ਸਮੇਤ ਲੋਕ ਪੀੜਤ ਲੋਕਾਂ ਦੇ ਵਾਪਸ ਕਰਾਉਣ। ਰੋਜ਼ਗਾਰ ਦਾ ਇਸ ਮੁਲਕ ਦੇ ਵਿੱਚ ਬਹੁਤ ਮੰਦਾ ਹਾਲ ਨੇ, ਬੱਚੇ ਨੌਜਵਾਨ ਪੀੜ੍ਹੀ ਲੜਕੀਆਂ ਲੜਕੇ ਉਹ ਬਾਹਰਲੇ ਮੁਲਕਾਂ ਵਿੱਚ ਚਲੇ ਜਾਂਦੇ ਨੇ ਰੋਜ਼ਗਾਰ ਨੂੰ ਲੱਭਣ ਦੀ ਖਾਤਰ, ਪੈਸਾ ਕਮਾਉਣ ਦੀ ਖਾਤਰ। ਜੇ ਆਪਾਂ ਆਪਦੇ ਮੁਲਕ ਵਿੱਚ ਹੀ ਵਧੀਆ ਵਧੀਆ ਇੰਡਸਟਰੀਆਂ, ਵਧੀਆ ਕੰਪਨੀਆਂ ਲਿਆਈਏ, ਵਧੀਆ ਚੰਗੇ ਕਾਰਖਾਨੇ, ਵਧੀਆ ਵਧੀਆ ਨੌਕਰੀਆਂ ਲਿਆਈਏ, ਤਾਂ ਸਾਡੇ ਜਿਹੜੇ ਲੜਕੀਆਂ ਲੜਕੇ ਨੇ ਉਹ ਬਾਹਰ ਜਾਂਦੇ ਨੇ, ਉਹ ਆਪਦੇ ਘਰ ਹੀ ਆਪਦੇ ਮੁਲਕ ਦੇ ਵਿੱਚ ਹੀ ਰਹਿ ਕੇ ਚੰਗਾ ਰੋਜ਼ਗਾਰ ਹਾਸਲ ਕਰ ਸਕਦੇ ਨੇ। ਮੈਂ ਇਹੀ ਕਹਿਣਾ ਚਾਹੁੰਦਾ ਵੀ ਮੋਦੀ ਸਰਕਾਰ ਪਹਿਲਾਂ ਵੀ 5 ਸਾਲ ਰਹੀ ਹੈ, ਜਿਹੜਾ ਪਹਿਲਾਂ ਜੁਮਲੇਬਾਜ਼ੀਆਂ ਅਤੇ ਝੂਠੇ ਵਾਅਦੇ ਉਹਨਾਂ ਨੇ ਕੀਤੇ ਸੀਗੇ ਵੀ ਇਸ ਵਾਰ ਉਹ ਵਾਅਦੇ ਵੀ ਨਹੀਂ ਕਰਨਗੇ ਅਤੇ ਜੁਮਲੇਬਾਜ਼ੀਆਂ ਵੀ ਨਹੀਂ ਕਰਨਗੇ, ਕਿਉਂਕਿ ਨਾ ਤਾਂ ਸਾਡੇ ਦੇਸ਼ ਦੇ ਵਿੱਚ ਕੋਈ ਸਿੱਖਿਆ ਦਾ ਪ੍ਰਬੰਧ ਹੈਗਾ, ਨਾ ਹੀ ਸਿਹਤ ਸਹੂਲਤਾਂ ਹੈਗੀਆਂ। ਅਤੇ ਜਿਵੇਂ ਵੀ ਪਹਿਲਾਂ ਉਹਨਾਂ ਦੀ ਸਰਕਾਰ ਸੀਗੀ, 5 ਸਾਲ ਪਹਿਲਾਂ ਤਾਂ ਡੀਜ਼ਲ ਅਤੇ ਪੈਟਰੋਲ ਦੇ ਰੇਟ ਵਧਾਉਂਦੇ ਰਹੇ ਅਤੇ ਨੇੜੇ ਆ ਕੇ ਕੋਈ 2-4 ਰੁਪਈਏ ਘਟਾ ਤਾ, ਹੁਣ ਦੂਰੀ ਤੋਂ ਫਿਰ ਉਵੇਂ ਨਾ ਕਰਨ ਵੀ ਫਿਰ ਰੇਟ ਵਧਾ ਲੈਣ ਅਤੇ ਅਖੀਰਤੇ 'ਤੇ ਜਾ ਕੇ ਫਿਰ ਘਟਾ ਲੈਣ ਵੀ 4 ਸਾਲ ਲੁੱਟ ਕੇ ਅਤੇ ਅਖੀਰਲੇ ਮਹੀਨੇ ਉਹ ਕਹਿ ਦੇਣ ਵੀ ਅਸੀਂ ਆਹ ਸਸਤਾ ਕਰਤਾ ਜਾਂ ਉਹ ਕਰਤਾ। ਸੋ ਇਹੀ ਗੱਲ ਆ ਵੀ ਜਿਹੜੀ ਹੁਣ ਸਰਕਾਰ ਕੰਮ ਕਰੇ, ਘੱਟੋ ਘੱਟ ਹੁਣ ਐਤਕੀ ਦੇ ਸਾਲ ਜਿਹੜੇ ਆ ਲੰਘਣਗੇ, ਐਤਕੀ ਦੇ ਸਾਲ ਜਿਹੜਾ ਉਹਨਾਂ ਦਾ ਕਾਰਜਕਾਲ ਆ, ਵੀ ਜਿਹੜੇ ਵਾਅਦੇ ਕਰੇ ਉਹ ਤਾਂ ਘੱਟੋ ਘੱਟ ਪੂਰੇ ਜ਼ਰੂਰ ਕਰੇ।
ਪਹਿਲਾਂ ਇਹਨਾਂ ਨੇ ਬਹੁਤ ਵੱਡੇ ਵੱਡੇ ਲਾਰੇ ਲਾਏ ਸੀ, 5 ਸਾਲ ਇੰਝ ਹੀ ਲਗਾ ਤੇ, ਹਰ ਪਾਸੇ ਇਹਨਾਂ ਦੇ ਰੇਟ ਵਧੇ, ਮਹਿੰਗਾਈ ਬਹੁਤ ਵੱਧ ਚੁੱਕੀ ਹੈ। ਜਿਵੇਂ ਮੋਦੀ ਜੀ ਕਹਿੰਦੇ ਸੀਗੇ ਅਸੀਂ ਕਿਸਾਨ ਦੀ ਆਮਦਨੀ ਡੇਢੀ ਦੋਗੁਣੀ ਕਰਾਂਗੇ, ਡੇਢੀ ਦੋਗੁਣੀ ਕਰਨ ਤਾਂ ਗਾਂਹ ਦੀ ਗੱਲ ਹੈ, ਰੇਹਾਂ ਸਪਰੇਆਂ ਦੇ ਵਿੱਚ ਰੇਟ ਵਧੇ ਹੈ। ਜੇ ਇਹਨਾਂ ਨੇ ਕੁਛ ਕਰਨਾ ਹੀ ਹੈ ਤਾਂ ਕਿਸਾਨਾਂ ਵਾਸਤੇ ਜੋ ਸਵਾਮੀਨਾਥਨ ਜੀ ਰਿਪੋਰਟ ਹੈ ਉਹ ਲਾਗੂ ਕਰਨ, ਘੱਟੋ ਘੱਟ ਹਰ ਇੱਕ ਫਸਲ ਦਾ MSP ਰੇਟ ਤਾਂ ਤੈਅ ਕਰਨ, ਵੀ ਹਰ ਇੱਕ ਸਟੇਟ ਦੇ ਵਿੱਚ, ਜੋ ਕਿ ਜਿਵੇਂ ਪੰਜਾਬ ਦੇ ਵਿੱਚ ਝੋਨਾ ਲੱਗ ਰਿਹਾ ਬਹੁਤ, ਝੋਨੇ ਦਾ ਕੋਈ ਬਦਲਾਵ ਨਵੀਂ ਫਸਲ ਆਵੇ ਫਿਰ ਹੀ ਇਸ ਦਾ ਚੇਂਜ ਆ ਸਕਦਾ, ਵਰਨਾ ਇਹ ਸਰਕਾਰ ਫੇਲ ਹੋ ਜੂਗੀ। MSP ਪੂਰਾ ਲਾਗੂ ਕਰਨ ਔਰ ਸਵਾਮੀਨਾਥਨ ਰਿਪੋਰਟ ਲਾਗੂ ਹੋਣੀ ਚਾਹੀਦੀ ਹੈ। ਹੋਰ ਰੋਜ਼ਗਾਰ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ? ਰੁਜ਼ਗਾਰ ਤਾਂ ਜੀ, ਰੁਜ਼ਗਾਰ ਤਾਂ ਪੰਜਾਬ ਦੇ ਵਿੱਚ ਇੰਨਾ ਬੇਰੁਜ਼ਗਾਰ ਹੋ ਗਈ, ਨਵੀਂ ਜਨਰੇਸ਼ਨ ਹੈ ਜਿਹੜੀ ਮਾਈਂਡ ਵਾਸ਼ ਹੋ ਰਿਹਾ, ਤਕਰੀਬਨ ਸਾਰੇ ਬਾਹਰ ਜਾ ਰਹੇ ਹੈ, ਉਹਨਾਂ ਨੂੰ ਇੱਥੇ ਆਪਣਾ ਭਵਿੱਖ ਧੁੰਦਲਾ ਦਿਖ ਰਿਹਾ। ਇੰਜੀਨੀਅਰਸ, ਡਾਕਟਰਸ, ਹਰ ਪ੍ਰਕਾਰ ਦੇ ਟੀਚਰਸ, ਈਵਨ ਕਿ 450 ਸਕੂਲ ਇੱਥੋਂ ਦੀ ਸਰਕਾਰ ਬੰਦ ਕਰਨ ਜਾ ਰਹੀ ਹੈ। ਕੀ ਬੱਚੇ ਪੜ੍ਹਨਗੇ ਕੀ ਅਤੇ ਟੀਚਰ ਗਾਂ ਕਰਨਗੇ ਕੀ? ਕਿ ਜਿਹੜੇ ਪਿਛਲੇ 5 ਸਾਲ ਮੋਦੀ ਸਾਹਿਬ ਦੇ ਸੀ ਉਸ ਦੇ ਵਿੱਚ ਇਹਨਾਂ ਨੇ ਨਾਰਾ ਦਿੱਤਾ ਸੀ ਸਬਕਾ ਸਾਥ ਸਬਕਾ ਵਿਕਾਸ, ਅਤੇ ਉਹਦੇ ਮੁਤਾਬਕ ਕੋਈ ਦੇਸ਼ ਨੇ ਤਰੱਕੀ ਤਾਂ ਕੋਈ ਕੀਤੀ ਨਹੀਂ, ਕੋਈ ਹੈਲਥ ਦੀਆਂ ਸਹੂਲਤਾਂ ਜਿਹੜੀਆਂ ਉਹ ਐਜੂਕੇਸ਼ਨ ਅਤੇ ਇਹ ਸਹੂਲਤਾਂ ਲੋਕਾਂ ਨੂੰ ਨਹੀਂ ਮਿਲ ਸਕਦੀਆਂ, ਬੇਰੁਜ਼ਗਾਰੀ ਦਾ ਮਸਲਾ ਕੋਈ ਹੱਲ ਨਹੀਂ ਹੋਇਆ, ਤਾਂ ਅਸੀਂ ਉਹ ਪਾਰੀ ਜਿਹੜੀ ਸੀ ਉਹ ਇਹਨਾਂ ਦੀ ਕਾਮਯਾਬ ਨਹੀਂ ਸੀ, ਅਤੇ ਹੁਣ ਇਹ ਫਿਰ ਜਿੱਤ ਗਏ ਆ ਅਤੇ ਹੁਣ ਦੇਖੋ ਕੀ ਨਵਾਂ ਪ੍ਰੋਗਰਾਮ ਦੇਣਗੇ। ਪਿਛਲਾ ਤਾਂ ਇਹਨਾਂ ਦਾ ਉਹਦੇ ਨਾਲ ਅਸੀਂ ਕੋਈ ਸਹਿਮਤ ਨਹੀਂ। ਸਾਨੂੰ ਬਹੁਤ ਉਮੀਦਾਂ ਜੀ ਨਵੀਂ ਸਰਕਾਰ ਤੋਂ ਜੀ, ਕਿ ਬੱਚਿਆਂ ਨੂੰ ਨੌਕਰੀਆਂ ਮਿਲਣ ਜੀ, ਅਤੇ ਕਿਸਾਨੀ ਮੈਨੂੰ ਵੱਧ ਧਿਆਨ ਦਿੱਤਾ ਜਾਵੇ ਜੀ, ਕਿਸਾਨ ਖੁਸ਼ਹਾਲ ਹੋਊਗਾ ਤਾਂ ਦੇਸ਼ ਖੁਸ਼ਹਾਲ ਹੋਊਗਾ ਜੀ। ਅੱਜ ਦੀ ਮੋਦੀ ਸਰਕਾਰ ਤੋਂ ਪਹਿਲਾਂ ਤਾਂ ਇਹ ਮੰਗ ਕਰਦੇ ਹਾਂ ਜੀ, ਜਿਹੜੇ ਬੱਚੇ ਇੱਥੋਂ ਪੜ੍ਹ ਲਿਖ ਕੇ ਵਿਦੇਸ਼ਾਂ 'ਚ ਜਾ ਰਹੇ ਆ ਉਹਨਾਂ ਨੂੰ ਰੋਕਿਆ ਜਾਵੇ, ਇਹਦੇ ਲਈ ਉਹਨਾਂ ਵਾਸਤੇ ਰੋਜ਼ਗਾਰ ਪੈਦਾ ਕੀਤੇ ਜਾਣ, ਕੋਈ ਵਧੀਆ ਵਧੀਆ ਇੰਡਸਟਰੀ ਲਾਈ ਜਾਵੇ ਅਤੇ ਉਹ ਸਾਡੇ ਬੱਚੇ ਇੱਧਰੋਂ ਪੜ੍ਹ ਕੇ ਵਿਦੇਸ਼ਾਂ ਦੀ ਧਰਤੀ 'ਤੇ ਭਾਂਡੇ ਨਾ ਮੰਜਣ। ਸਿਹਤ ਸਹੂਲਤਾਂ ਵਾਸਤੇ ਜੀ ਇੱਥੇ ਚਾਹੀਦਾ ਮੋਦੀ ਸਾਹਿਬ ਨੂੰ ਵੱਡੇ ਵੱਡੇ ਹੋਸਪਿਟਲ ਖੇਡਣ, ਗਰੀਬ ਬੰਦਿਆਂ ਵਾਸਤੇ 5 ਲੱਖ ਰੁਪਏ ਦੀ ਸਹੂਲਤ ਦਿੱਤੀ ਜਾਵੇ ਕਿ ਉਹ ਆਪਣਾ ਇਲਾਜ ਕਰਾ ਸਕਣ।